ਆਦਮਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਖੇਤਾਂ ਵਿੱਚ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਪੈਟਰੋਲ ਪੰਪ ਦੇ ਸਾਹਮਣੇ ਖੇਤਾਂ ਵਿੱਚ ਪਲਟ ਗਈ। ਇਸ ਹਾਦਸੇ 'ਚ ਕਈ ਯਾਤਰੀ ਜ਼ਖਮੀ ਹੋ ਗਏ ਹਨ। ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਹਾਦਸੇ ਦੌਰਾਨ ਸਵਾਰੀਆਂ ਵਿੱਚ ਰੌਲਾ ਪੈ ਗਿਆ। ਰਾਹਗੀਰੀਆਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਆਦਮਪੁਰ ਤੋਂ ਵਿਸ਼ੇਸ਼ ਰਿਪੋਰਟ। ਡਰਦੇ ਹੀ ਪਏ ਸੀਗੇ ਵੀ ਇੰਨੀ ਸਪੀਡ ਆ, ਪਤਾ ਨਹੀਂ ਕਿਸੇ ਵਿੱਚ ਮਾਰੂਗਾ, ਪਰ ਪਤਾ ਹੀ ਨਹੀਂ ਲੱਗਾ। ਇੱਕਦਮ ਆ ਕੇ ਇੱਥੇ ਝਟਕਾ ਲੱਗਾ, ਪਤਾ ਹੀ ਉਦੋਂ ਲੱਗਾ ਜਦੋਂ ਅਸੀਂ ਸਾਰੇ ਵਿੱਚ ਦੱਬ ਗਏ। ਮੈਨੂੰ ਤਾਂ ਮੁੰਡਿਆਂ ਨੇ ਕੱਢਿਆ, ਮੇਰੀ ਲੱਤ ਤੇ ਆ ਬਾਹਾਂ ਤੇ ਜਿੱਦਾਂ ਇੱਕਦਮ ਵਿੱਚ ਹੋ ਗਈ ਸੀਗੀ। ਉਧਰੋਂ ਗੱਡੀ ਨੂੰ ਓਵਰਟੇਕ ਕੀਤਾ, ਓਵਰਟੇਕ ਕਰਨ ਲੱਗੇ ਤਾਂ ਸੰਭਾਲ ਹੋਈ ਨਹੀਂ, ਪਰਲੇ ਬੰਨੇ ਨੂੰ ਗੱਡੀ ਦਿੱਤੀ ਵਿੱਚ ਮੁੜ ਕੇ ਇਧਰ ਨੂੰ ਘੁਮਾ ਹੀ ਨਹੀਂ। ਸਵਾਰੀਆਂ ਕਿੰਨੀਆਂ ਕੁ ਸੀ ਜੀ? ਸੱਟਾਂ ਤਾਂ ਨਹੀਂ ਲੱਗੀਆਂ ਜ਼ਿਆਦਾ ਕਿਸੇ? ਸੱਟਾਂ ਤਾਂ ਲੱਗੀਆਂ ਬਾਕੀ। ਹੌਸਪੀਟਲ ਲੈ ਕੇ ਆਏ? ਹੌਸਪੀਟਲ ਲੈ ਕੇ। ਕੀ ਗੱਲ ਹੋਈ ਇੱਥੇ? ਤੁਸੀਂ ਬੱਸ ਦੇ ਵਿੱਚ ਸੀ? ਠੀਕ ਹੋ? ਇਕੱਲੇ ਸੀ? ਤੁਹਾਡੇ ਨਾਲ ਵੀ ਸੀ ਕੋਈ? ਅੱਛਾ, ਕੰਡਕਟਰ ਹੋ ਬੱਸ ਦੇ? ਕੰਡਕਟਰ ਕਿੱਥੇ ਆ?